ਅਤੇ ਜਿਹੜੇ ਕੁੜੀ ਪ੍ਰਧਾਨ ਕਹਿ ਰਹੀ ਹੈ, ਕੱਲ੍ਹ ਤੱਕ ਉਹ ਮੈਨੂੰ ਬਹੁਤ ਪਿਆਰ ਕਰਦੀ ਸੀਗੀ, ਉਹ ਕੁੜੀ ਬਹੁਤ ਕਹਿ ਰਹੀ ਸੀਗੀ ਕਿ ਬੇਟਾ ਤੇਰੇ 'ਤੇ ਦੁਨੀਆ ਦੀਆਂ ਨਜ਼ਰਾਂ ਨੇ, ਤੂੰ ਆਪਦਾ ਧਿਆਨ ਰੱਖ। ਅਤੇ ਚਲੋ ਕਿਤੇ ਨਾ ਕਿਤੇ ਆ ਕੇ ਉਹਦੀ ਕੋਈ ਮਜਬੂਰੀ ਹੋਏਗੀ ਜਿਹੜਾ ਉਹਨੇ ਇੱਦਾਂ ਬੋਲਿਆ, ਹੈ ਨਾ। ਉਹਨੂੰ ਥੋੜ੍ਹੀ ਜਿਹੀ ਸ਼ਰਮ ਚਾਹੀਦੀ ਹੈ ਕਿ ਮੈਂ ਤਾਂ ਕੁਛ ਗਲਤ ਮੁੱਦਾ ਨਹੀਂ ਚੱਕਿਆ ਹੋਇਆ, ਹੈ ਨਾ, ਨਾ ਤੁਹਾਡੇ ਨਾਲ ਇਹ ਚੀਜ਼ਾਂ ਹੋਈਆਂ ਹੋਣਗੀਆਂ। ਚੱਲ ਮੈਂ, ਮੇਰੇ ਨਾਲ ਖੁਦ ਇਹ ਪਹਿਲੀ ਵਾਰ ਇਹ ਚੀਜ਼ ਹੋਈ ਆ, ਅਤੇ ਮੈਂ ਇਹ ਚੀਜ਼ ਨੂੰ ਚੱਕਦਾ, ਹੈ ਨਾ। ਅਤੇ ਦੂਜੀਆਂ ਕੁੜੀਆਂ ਜਿਹੜੀਆਂ ਗੋਲੀਆਂ ਨਾਲ ਮਰ ਗਈਆਂ ਜਾਂ ਕੁਛ ਮਰ ਗਈਆਂ, ਕੁਛ ਵੀ ਰਹਿ ਗਈਆਂ, ਹੈ ਨਾ, ਤੁਹਾਡੇ ਨਾਲ ਇਹ ਚੀਜ਼ਾਂ ਨਹੀਂ ਹੋਈਆਂ ਅਤੇ ਤੁਹਾਨੂੰ ਨਹੀਂ ਪਤਾ ਇਸ ਬਾਰੇ, ਅਤੇ ਤੁਸੀਂ ਨਾ ਬੋਲੋ। ਹਾਂ, ਮਿਲੀ ਸੀ ਮੈਨੂੰ ਪੇਮੈਂਟ, ਮੈਂ ਤਾਂ ਪਹਿਲਾਂ ਵੇਖਿਆ ਵਾ ਪੇਮੈਂਟ ਮਿਲ ਗਈ ਆ, ਲੇਕਿਨ ਉਹ ਕਹਿੰਦੇ ਸੀ ਉਹਨਾਂ ਨੇ ਸਾਡੀ ਪੇਮੈਂਟ, ਉਹਨਾਂ ਨੇ ਆਪਦੇ ਵੱਲੋਂ ਬੈਣੀਪਾਲ ਨੇ ਫਟਾਫਟ ਗਿਣ ਕੇ ਦੇ ਦਿੱਤੇ ਪੈਸੇ ਕਿ ਇੱਥੋਂ ਚਲੇ ਜਾਵੇ, ਮੈਂ ਆਪਦੀ ਬੇਇੱਜ਼ਤੀ ਕਰਵਾ ਕੇ ਕਿਉਂ ਜਾਂਦੀ। ਮੇਰੇ ਗਲਾਸ ਵੱਜਾ, ਠੀਕ ਹੈ, ਮੈਂ ਆਪਦੀ ਮੇਰੀ ਮੈਂ ਇੱਥੇ ਤੱਕ ਮੁੱਦਾ ਆਉਣਾ ਨਹੀਂ ਸੀਗਾ। ਬੀਤੇ ਦਿਨੀ ਲੁਧਿਆਣਾ ਦੀ ਇੱਕ ਕੁੜੀ ਸਿਮਰ ਦੀ ਸਟੇਜ ਤੋਂ ਗਾਲਾਂ ਕੱਢਦੇ ਦੀ ਵੀਡੀਓ ਵਾਇਰਲ ਹੁੰਦੀ ਹੈ, ਜਿਸ ਦੇ ਬਾਰੇ ਕੈਮਰੇ ਮੂਹਰੇ ਆ ਕੇ ਉਹ ਸਿਮਰ ਨੇ ਸਾਰੀ ਗੱਲਬਾਤ ਦੱਸੀ ਹੈ, ਅਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ, ਪੁਲਿਸ ਦੇ ਵਿੱਚ ਕੰਪਲੇਂਟ ਵੀ ਦਿੱਤੀ ਜਾਂਦੀ ਹੈ ਸਿਮਰ ਦੇ ਵੱਲੋਂ, ਤਾਂ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ, FIR ਵੀ ਦਰਜ ਕਰ ਦਿੱਤੀ ਜਾਂਦੀ ਹੈ। ਪਰ FIR ਦਰਜ ਹੋਣ ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਖਿਲਾਫ FIR ਦਰਜ ਹੋਈ ਹੈ, ਉਹ ਤਾਂ ਸਾਹਮਣੇ ਨਹੀਂ ਆਏ, ਪਰ ਸਿਮਰ ਦੇ ਆਪਦੇ ਨਾਲ ਜੋ ਕੰਮ ਕਰਦੇ ਸੀਗੇ ਲੋਕ, ਉਹੀ ਕੈਮਰੇ ਮੂਹਰੇ ਆ ਕੇ ਹੁਣ ਸਿਮਰ 'ਤੇ ਜਿਹੜੇ ਕਿ ਇਲਜ਼ਾਮ ਨੇ ਲਗਾ ਰਹੇ ਨੇ, ਤਾਂ ਬਹੁਤ ਗੰਭੀਰ ਇਲਜ਼ਾਮ ਲਾਏ ਨੇ। ਤਾਂ ਸਾਡੇ ਨਾਲ ਇੱਕ ਵਾਰ ਫਿਰ ਤੋਂ ਸਿਮਰ ਜੁੜੇ ਹੋਏ ਨੇ, ਗੱਲਬਾਤ ਕਰ ਲੈਂਦੇ ਹਾਂ। ਸਿਮਰ ਜੀ, ਤੁਹਾਡੇ ਨਾਲ ਜਿਹੜੇ ਕੰਮ ਕਰਦੇ ਸੀਗੇ ਉਹੀ ਤੁਹਾਡੇ ਖਿਲਾਫ ਹੋ ਗਏ ਨੇ, ਸਾਹਮਣੇ ਤਾਂ ਆਉਣਾ ਚਾਹੀਦਾ ਜਿਨ੍ਹਾਂ 'ਤੇ FIR ਦਰਜ ਹੋਈ ਹੈ। ਪਰ ਇੱਕ ਮੈਡਮ ਨੇ ਜੋ ਆਪਣੇ ਆਪ ਨੂੰ ਪ੍ਰਧਾਨ ਕਹਿੰਦੇ ਨੇ, ਉਹ ਕਹਿੰਦੇ ਵੀ ਸਿਮਰ ਨੇ ਉਸ ਦਿਨ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ, ਤਾਂ ਨਸ਼ੇ ਦੇ ਵਿੱਚ ਸਿਮਰ ਨੇ ਗਾਲਾਂ ਕੱਢੀਆਂ, ਕਿੰਨੀ ਕੁ ਡਰਿੰਕ ਤੁਸੀਂ ਕਰਦੇ ਹੋ? ਜੀ ਨਹੀਂ, ਮੈਂ ਡਰਿੰਕ ਵਗੈਰਾ ਨਹੀਂ ਕਰਦੀ ਹੈਗੀ। ਅਤੇ ਦੂਸਰੀ ਗੱਲ, ਜਿਹੜਾ ਤੁਸੀਂ ਕਹਿ ਰਹੇ ਕਿ ਉਸ ਦਿਨ ਤਾਂ ਮੈਂ ਬਿਲਕੁਲ ਡਰਿੰਕ ਨਹੀਂ ਕੀਤੀ ਹੋਈ ਸੀਗੀ, ਠੀਕ ਹੈ। ਅਤੇ ਜਿਹੜੇ ਕੁੜੀ ਪ੍ਰਧਾਨ ਕਹਿ ਰਹੀ ਹੈ, ਕੱਲ੍ਹ ਤੱਕ ਉਹ ਮੈਨੂੰ ਬਹੁਤ ਪਿਆਰ ਕਰਦੀ ਸੀਗੀ, ਉਹ ਕੁੜੀ ਬਹੁਤ ਕਹਿ ਰਹੀ ਸੀਗੀ ਕਿ ਬੇਟਾ ਤੇਰੇ 'ਤੇ ਦੁਨੀਆ ਦੀਆਂ ਨਜ਼ਰਾਂ ਨੇ, ਤੂੰ ਆਪਦਾ ਧਿਆਨ ਰੱਖ, ਹੈ ਨਾ। ਅਤੇ ਚਲੋ ਕਿਤੇ ਨਾ ਕਿਤੇ ਆ ਕੇ ਉਹਦੀ ਕੋਈ ਮਜਬੂਰੀ ਹੋਏਗੀ ਜਿਹੜਾ ਉਹਨੇ ਇੱਦਾਂ ਬੋਲਿਆ, ਹੈ ਨਾ। ਬਾਕੀ ਉਹਨੂੰ ਥੋੜ੍ਹੀ ਜਿਹੀ ਸ਼ਰਮ ਚਾਹੀਦੀ ਹੈ ਕਿ ਮੈਂ ਤਾਂ ਕੁਛ ਗਲਤ ਮੁੱਦਾ ਨਹੀਂ ਚੱਕਿਆ ਹੋਇਆ, ਹੈ ਨਾ, ਨਾ ਤੁਹਾਡੇ ਨਾਲ ਇਹ ਚੀਜ਼ਾਂ ਹੋਈਆਂ ਹੋਣਗੀਆਂ। ਚੱਲ ਮੈਂ, ਮੇਰੇ ਨਾਲ ਖੁਦ ਇਹ ਪਹਿਲੀ ਵਾਰ ਇਹ ਚੀਜ਼ ਹੋਈ ਆ, ਅਤੇ ਮੈਂ ਇਹ ਚੀਜ਼ ਨੂੰ ਚੱਕਤਾ, ਹੈ ਨਾ। ਅਤੇ ਦੂਜੀਆਂ ਕੁੜੀਆਂ ਜਿਹੜੀਆਂ ਗੋਲੀਆਂ ਨਾਲ ਮਰ ਗਈਆਂ ਜਾਂ ਕੁਛ ਮਰ ਗਈਆਂ, ਕੁਛ ਵੀ ਰਹਿ ਗਈਆਂ, ਹੈ ਨਾ, ਤੁਹਾਡੇ ਨਾਲ ਇਹ ਚੀਜ਼ਾਂ ਨਹੀਂ ਹੋਈਆਂ ਅਤੇ ਤੁਹਾਨੂੰ ਨਹੀਂ ਪਤਾ ਇਸ ਬਾਰੇ, ਤਾਂ ਤੁਸੀਂ ਨਾ ਬੋਲੋ ਕਿ ਸਿਮਰ ਦੀ ਗਲਤੀ, ਕਿ ਤੁਸੀਂ ਉਹ ਦਿਨ ਉੱਥੇ ਸੀ, ਕਿ ਸਿਮਰ ਦੇ ਨਾਲ ਤੁਸੀਂ ਚੇਅਰਸ ਕਰਕੇ ਪੈਗ ਲਾਏ ਸੀ, ਤੁਹਾਨੂੰ ਪਤਾ ਆ। ਤੁਸੀਂ ਇਹ ਚੀਜ਼ਾਂ ਕਿਸੇ 'ਤੇ ਕਿਉਂ ਇਲਜ਼ਾਮ ਲਾ ਸਕਦੇ ਹੋ, ਕਿਵੇਂ ਲਾ ਸਕਦੇ ਹੋ? ਜੇ ਮੈਂ ਡਰਿੰਕ ਚਲੋ ਕੀਤੀ ਆ, ਹੈ ਨਾ, ਅਤੇ ਸਾਹਮਣੇ ਵਾਲੇ ਨੇ ਵੀ ਤਾਂ ਕੀਤੀ ਹੋਈ ਸੀ, ਸਾਹਮਣੇ ਵਾਲੇ ਨੇ ਗਾਲਾਂ ਕੱਢੀਆਂ, ਮੈਂ ਵੀ ਕੱਢੀਆਂ, ਚਲੋ ਇਹ ਗੱਲ। ਪਰ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਬਈ ਉਸ ਦਿਨ ਕੀਤੀ ਹੋਈ ਸੀ ਡਰਿੰਕ ਜਾਂ ਕੁਛ ਕੀਤੀ ਹੋਈ ਸੀ, ਮੈਂ ਬਿਲਕੁਲ ਉਸ ਦਿਨ ਡਰਿੰਕ ਨਹੀਂ ਕੀਤੀ ਹੋਈ। ਜੇ ਮੈਂ ਡਰਿੰਕ ਕੀਤੀ ਹੁੰਦੀ ਤਾਂ ਮੈਂ ਉਸ ਉੱਥੇ FIR ਦਰਜ ਕਰਨ ਨਹੀਂ ਜਾਂਦੀ, ਠੀਕ ਹੈ ਨਾ, ਥਾਣੇ ਨਾ ਜਾਂਦੀ। ਅਤੇ ਮੈਨੂੰ ਖੁਦ ਨੂੰ ਸ਼ਰਮ ਆਉਂਦੀ ਕਿ ਯਾਰ ਮੈਂ ਤਾਂ ਖੁਦ ਪੀਤੀ ਹੋਈ ਆ, ਮੈਂ ਉੱਥੇ ਥਾਣੇ ਜਾ ਕੇ ਕਰੂੰਗੀ। ਲੇਕਿਨ ਮੈਂ ਇਕੱਲੀ ਨੇ ਆਪਦੇ ਡਰਾਈਵਰ ਨੂੰ ਸੱਦਿਆ, ਅਤੇ ਉੱਥੇ ਜਾ ਕੇ ਮੈਂ ਉਹਨਾਂ ਨੂੰ ਕਿਹਾ ਵੈ ਕਿ ਆਪਾਂ ਰਿਪੋਰਟ ਲਿਖਾਉਣ ਜਾਣੀ ਆ, ਆਹ ਵੀਡੀਓ ਆਈ ਆ, ਦੇਖੋ ਇਹਨਾਂ ਨੇ ਕਿੱਦਾਂ ਮੇਰੀਆਂ ਲੱਤਾਂ ਖਿੱਚਣ ਲਈ ਜਾਣ ਬੁੱਝ ਕੇ ਵੀਡੀਓ ਬਣਾਈ ਆ ਮੇਰੀ। ਇਹ ਵੀਡੀਓ ਜਿੰਨੇ ਬਣਾਈਆਂ ਉਹ ਵੀ ਮੈਨੂੰ ਹੁਣ ਚਾਹੀਦਾ ਵਾ, ਕਿ ਇਹ ਵੀਡੀਓ ਜਿੰਨੇ ਮੇਰੇ ਉਹ ਲਾਡੀ ਨੂੰ ਭੇਜੀ, ਲਾਡੀ ਨੇ ਅੱਗੇ ਮੈਨੇਜਰ ਨੂੰ ਭੇਜੀ, ਮੈਨੇਜਰ ਨੇ ਮੈਨੂੰ ਭੇਜੀ, ਫਿਰ ਜਸਟ ਰਿਪਲਾਈ ਦੇ ਵਿੱਚ ਮੈਂ ਉਹ ਜਿਹੜੀ ਲਾਈਨ ਲਿਖੀ ਸੀਗੀ ਕਿ ਬਈ ਇੱਜ਼ਤ ਕਰਾਉਂਗੇ ਤਾਂ ਇੱਜ਼ਤ ਕਰੂੰਗੇ, ਨਾ ਇਹ ਚੀਜ਼ ਲਿਖੀ ਸੀ, ਅਤੇ ਉਹਦੇ ਵਿੱਚ ਦੱਸੋ ਉੱਥੇ ਮੈਂ ਗਲਤ ਕਿੱਥੇ ਹਾਂ, ਹੈ ਨਾ। ਤੁਸੀਂ ਸਾਰਿਆਂ ਨੇ ਲਾਈਵ ਵੀਡੀਓ ਦੇਖੀ, ਉਹ ਕੋਈ ਐਡੀਟਿੰਗ ਤਾਂ ਹੈ ਨਹੀਂ, ਠੀਕ ਹੈ ਨਾ, ਜੇ ਉਹ ਐਡੀਟਿੰਗ ਆ ਜਾਂ ਕੁਛ ਆ, ਉਹ ਐਡੀਟਿੰਗ ਤਾਂ ਹੈ ਨਹੀਂ ਹੈਗੀ।
ਕਹਿੰਦੇ ਵੀ ਸੀ ਆਪਣਾ ਪੈਲਸ ਦੇ ਵਿੱਚ CCTV ਕੈਮਰੇ ਲੱਗੇ ਹੋਏ ਹੈ, ਸਾਰੀ ਵੀਡੀਓ ਜਿਹੜੀ ਕਿ ਉਹ ਚੈੱਕ ਕਰ ਲੈਣੀ ਚਾਹੀਦੀ ਹੈ ਕਿ 10 ਸਕਿੰਟ ਦੀ ਤੁਸੀਂ ਵੀਡੀਓ ਦੇਖ ਕੇ ਕਿਵੇਂ ਤੁਸੀਂ ਕਿਸੇ ਨੂੰ ਜੱਜ ਕਰ ਸਕਦੇ ਹੋ ਕਿ ਉਹ ਕੁੜੀ ਗਲਤ ਸੀ ਕਿ ਜਾਂ ਫਿਰ ਮੁੰਡਾ ਜਿਹੜੀ FIR ਹੋਈ ਉਹ ਬਿਲਕੁਲ ਗਲਤ ਹੋਈ ਹੈ, ਇਸ ਦੀ ਸਾਰੀ ਕਹਿੰਦੇ ਵੈਰੀਫਾਈ ਦੁਬਾਰਾ ਹੋਣੀ ਚਾਹੀਦੀ, CCTV ਦੁਬਾਰਾ ਖੰਗਾਲੇ ਜਾਣੇ ਚਾਹੀਦੇ ਆ। ਬਿਲਕੁਲ ਖੰਗਾਲਣ ਜੀ, ਕੋਈ ਚੱਕਰ ਨਹੀਂ ਹੈ, ਬਿਲਕੁਲ ਖੰਗਾਲਣ। ਜੇ ਖੰਗਾਲੇ ਆ ਜਾਂ ਕਿਸੇ ਨੂੰ ਆਪਾਂ ਉਕਸਾਇਆ ਜਾਂ ਗਾਲਾਂ ਕੱਢੀਆਂ ਹੈ ਨਾ, ਅਤੇ ਜੇ ਕੋਈ ਸਾਨੂੰ ਉਕਸਾਉਂਦਾ ਤਾਂ ਹੀ ਆਪਾਂ ਕਰਦੇ ਹਾਂ ਨਾ। ਇੱਦਾਂ ਆਪਾਂ ਹੁਣ ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਮੈਂ ਤੁਹਾਨੂੰ ਕਿੱਦਾਂ ਕੁਛ ਕਹਿ ਦੂੰਗੀ ਯਾਰ। ਤੁਸੀਂ ਕਈ ਵਾਰ ਨਾ ਬੰਦਾ ਨਾ ਘਰੋਂ ਵੀ ਬਹੁਤ ਥੱਕਿਆ ਹੁੰਦਾ ਵਾ, ਠੀਕ ਆ, ਅਤੇ ਇਹ ਔਰਗਨਾਈਜ਼ਰ ਚਾਹੁੰਦੇ ਨੇ ਕਿ ਕੁੜੀ ਚਾਹੇ ਮਰਦੀ ਮਰਦੀ ਹੋਵੇ, ਕੁੜੀ ਦੀਆਂ ਚਾਹੇ ਲੱਤਾਂ ਦੁੱਖਦੀਆਂ ਹੋਣ, ਸਾਡੇ ਸ਼ੋਅ ਦੀ ਪੇਮੈਂਟ ਨਹੀਂ ਮਰਨੀ ਚਾਹੀਦੀ, ਕੁੜੀ ਸਾਨੂੰ ਸਟੇਜ 'ਤੇ ਚਾਹੀਦੀ ਚਾਹੀਦੀ ਆ, ਠੀਕ ਆ। ਨਹੀਂ ਤਾਂ ਪਾਰਟੀ ਵਾਲਿਆਂ ਨੇ ਸਾਡੇ ਪੈਸੇ ਨਹੀਂ ਦੇਣੇ, ਪੇਮੈਂਟ ਨਹੀਂ ਦੇਣੀ, ਸਾਡੀ ਪੇਮੈਂਟ ਮਾਰ ਲੈਣੀ ਆ। ਇਹਨਾਂ ਨੂੰ ਸਿਰਫ ਆਪਦੀ ਪੇਮੈਂਟ ਲਾ ਹੁੰਦਾ ਆ, ਅਤੇ ਜੇ ਹੁਣ ਜੇ ਮੈਂ ਮੁੱਦਾ ਚੱਕਿਆ ਇਹਨਾਂ 'ਤੇ ਬੋਲਣ ਦਾ, ਤਾਂ ਹੁਣ ਇਹਨਾਂ ਨੂੰ ਮਿਰਚਾਂ ਲੱਗ ਰਹੀਆਂ ਇਸ ਗੱਲ ਦੀਆਂ, ਹੈ ਨਾ। ਅਤੇ ਬਾਕੀ ਜਿਹੜਾ ਬੰਦਾ ਇਹ ਫਰੈਂਡ ਜੀ ਜਿਹਨੂੰ ਕੋਦਰ ਵਾਲਾ, ਹੈ ਨਾ, ਮੈਨੂੰ ਉਸ ਬੰਦੇ ਨੇ ਇੰਨਾ ਡਿਪਰੈਸਡ ਕੀਤਾ ਸੀ ਨਾ ਕਿ ਤੂੰ ਸਾਡੇ ਬੈਨਰ 'ਤੇ ਫੇਮਸ ਹੋਈ ਆ। ਜਦੋਂ ਪਹਿਲਾਂ ਮੇਰੀ ਮਾਝਾ ਬਲੌਗ ਵਾਲੀ ਵੀਡੀਓ ਚੱਲੀ ਸੀਗੀ, ਅਤੇ ਮੈਨੂੰ ਇੱਕ ਹੀ ਗੱਲ ਕਹਿੰਦੇ ਸੀ, ਤੂੰ ਸਾਡੇ ਬੈਨਰ 'ਤੇ ਫੇਮਸ ਹੋਈ ਆ, ਸਾਡੇ ਬੈਨਰ 'ਤੇ ਫੇਮਸ, ਮੈਨੂੰ ਪਰੇਸ਼ਾਨ ਕਰਤਾ ਸੀਗਾ। ਫਿਰ ਅੱਕ ਕੇ ਮੈਂ ਕਿਹਾ ਕਿ ਭਾਅ ਜੀ ਤੁਸੀਂ ਨਾ ਮੈਂ ਤੁਹਾਡੇ ਸ਼ੋਅ ਨਹੀਂ ਲਾਣੇ ਹੈਗੇ, ਹੈ ਨਾ, ਕਿ ਬਈ ਕਿਤੇ ਨਾ ਕਿਤੇ ਇੱਦਾਂ ਲੱਗਦਾ ਵਾ ਕਿ ਜਿਵੇਂ ਪਤਾ ਨਹੀਂ ਕੈਦ ਕਰਤਾ ਹੋਵੇ ਨਾ ਮੈਨੂੰ, ਇੱਕ ਚੀਜ਼ ਇੱਕ ਇੱਕ ਗੱਲ ਬਾਰ ਬਾਰ ਸੁਣਾਈ ਜਾਣੀ, ਜੇ ਕਿਸੇ ਦੇ ਆਖੇ ਨਾ ਲੱਗੋ ਤਾਂ ਇੱਕ ਚੀਜ਼ ਉਹਦੀ ਫੜ ਕੇ ਸੁਣਾਈ ਜਾਣੀ ਬਾਰ ਬਾਰ, ਹੈ ਨਾ। ਲੱਗਦਾ ਨਹੀਂ ਵਾਇਰਲ ਤਾਂ ਇੱਕ ਆਰਟਿਸਟ ਦੀ ਕਲਾ ਹੁੰਦੀ ਹੈ, ਨਾ ਕਿ ਬੈਨਰ ਹੁੰਦਾ। ਹਾਂ ਬਿਲਕੁਲ, ਮੈਂ ਇਹ ਵੀ ਨਹੀਂ ਕਹਿੰਦੀ, ਚਲੋ ਇੱਕ ਦੂਜੇ ਬੰਦੇ ਨਾਲ ਲੱਕ ਜੁੜਿਆ ਹੁੰਦਾ ਬੰਦੇ ਦਾ, ਇਹ ਵੀ ਨਹੀਂ ਕਹਿੰਦੀ, ਮੈਂ ਹੋਰ ਵੀ ਬੈਨਰ 'ਤੇ ਕੰਮ ਕਰ ਰਹੀ ਸੀ, ਚਲੋ ਬਣੀ ਹੈ, ਠੀਕ ਹੈ, ਅਤੇ ਚਲੋ ਵਾਇਰਲ ਹੋ ਗਈ ਹੈ, ਚਲੋ ਠੀਕ ਆ। ਫਿਰ ਬਾਰ ਬੰਦੇ ਨੂੰ ਬਾਰ ਬਾਰ ਉਸ ਬੰਦੇ ਨੂੰ ਅਹਿਸਾਸ ਦਿਲਾਇਆ ਜਾ ਰਿਹਾ ਵਾ, ਹੈ ਨਾ, ਉਹਨੂੰ ਅੰਦਰ ਇਹ ਭਰਿਆ ਜਾ ਰਿਹਾ ਵਾ ਕਿ ਤੂੰ ਸਾਡੇ ਬੈਨਰ 'ਤੇ ਫੇਮਸ ਹੋਈ ਆ। ਅਤੇ ਉਸ ਬੰਦੇ ਨੇ, ਤੁਸੀਂ ਉਹਦੀ ਇਹ ਕਰਤੂਤ ਵੀ ਦੇਖ ਲਿਓ ਹੁਣ, ਕਿ ਉਸ ਬੰਦੇ ਨੇ ਆਪਣਾ ਬਚਾਵ ਕਰਨ ਲਈ ਇਹ ਸਿੱਧਾ ਹੀ ਕਹਿਤਾ ਕਿ ਉਹ ਜਿਹੜੀ ਵੀਡੀਓ ਆ ਸਿਮਰ ਸੰਧੂ ਵੀਰਪਾਲ ਦੀ, ਉਹ ਵੀਡੀਓ ਸਾਡੇ ਬੈਨਰ ਦੀ ਹੈ ਨਹੀਂ ਆ, ਉਹ ਕਿਸੇ ਹੋਰ ਬੈਨਰ ਦੀ ਆ। ਉਹਨੂੰ ਲਿਖ ਕੇ, ਜੋ ਐਡਾ ਸਿਆਣਾ ਸੀਗਾ ਉਹ, ਅਤੇ ਉਹਨੂੰ ਲਿਖ ਕੇ ਇਹ ਪਾਉਣਾ ਚਾਹੀਦਾ ਸੀ ਕਿ ਹਾਂਜੀ ਬੇਸ਼ੱਕ ਉਹ ਸਾਡੇ ਬੈਨਰ ਦੀ ਵੀਡੀਓ ਨਹੀਂ ਆ, ਲੇਕਿਨ ਉਹਨਾਂ ਨੂੰ ਮੇਰੀ ਸਪੋਰਟ 'ਚ ਖੜ੍ਹੇ ਹੋਣਾ ਚਾਹੀਦਾ ਸੀਗਾ, ਮੈਨੂੰ ਉਹਨਾਂ ਦੇ ਨਾਲ ਰੋਸ ਇਸ ਕਰਕੇ ਆ, ਅਤੇ ਉਹ ਇਸੇ ਰੋਸ ਦੇ ਚੱਕਰ ਦੇ ਵਿੱਚ ਹੁਣ ਗੱਲ ਨੂੰ ਗਾਂਹ ਵਧਾ ਰਹੇ ਨੇ ਥਾਣੇ ਦੇ ਵਿੱਚ ਜਾ ਕੇ। ਤੁਸੀਂ ਕਹਿ ਰਹੇ ਮੇਰੇ ਨਾਲ ਖੜਨਾ ਚਾਹੀਦਾ ਸੀਗਾ, ਪੇਮੈਂਟ ਦੀ ਤੁਸੀਂ ਗੱਲ ਕੀਤੀ, ਉਹ ਜਿਹੜੇ ਅੱਜ ਲੋਕ ਇਕੱਠੇ ਹੋ ਕੇ ਗਏ ਨੇ ਪੰਜਾਬ ਦੇ ਸਾਰੇ ਐਸੋਸੀਏਸ਼ਨ ਦੇ ਤੁਹਾਡੇ, ਉਹ ਕਹਿੰਦੇ ਪੇਮੈਂਟ ਪਾਰਟੀ ਨੇ ਦੇ ਦਿੱਤੀ, ਪਾਰਟੀ ਨੇ ਅੱਗੋਂ ਸਿਮਰ ਨੂੰ ਦੇ ਦਿੱਤੀ, ਪੇਮੈਂਟ ਲੈਣ ਦੇ ਬਾਵਜੂਦ ਵੀ ਸਿਮਰ ਜਦੋਂ DJ ਬੰਦ ਹੋ ਗਿਆ, ਮੁੰਡੇ ਵੀ ਸਾਰੇ ਚੱਲ ਗਏ, ਪਿੱਛੇ ਖੜ੍ਹੇ ਸੀਗੇ, ਕੁੜੀਆਂ ਵੀ ਸਾਰੀਆਂ ਪਿੱਛੇ ਸੀਗੀਆਂ, ਸਿਮਰ ਬਾਰ ਬਾਰ ਅੱਗੇ ਸਟੇਜ 'ਤੇ ਜਾ ਰਹੀ ਸੀਗੀ। ਠੀਕ ਹੈ, ਜਦੋਂ ਸਿਮਰ ਸਾਈਡ 'ਤੇ ਆਪਣਾ ਚੁੱਪ ਚਾਪ ਕੰਮ ਕਰ ਰਹੀ ਸੀ ਛੋਟੇ ਬੱਚਿਆਂ ਦੇ ਨਾਲ, ਉਦੋਂ ਉਹ ਮੁੰਡਿਆਂ ਵੱਲੋਂ ਇਸ਼ਾਰੇ ਕੀਤੇ ਜਾਂਦੇ ਆ ਕਿ ਤੂੰ ਇਹ ਵਾਲੀ ਸਾਈਡ ਆ। ਮੈਂ ਤਾਂ ਕਹਿੰਦੀ ਹਾਂ ਕੈਮਰੇ ਵਾਲੀਆਂ ਚੀਜ਼ਾਂ ਖੰਗਾਲਣ ਵਾਲੀਆਂ ਗੱਲਾਂ ਖੰਗਾਲੋ, ਕੈਮਰੇ ਖੁਲਵਾਓ, ਮੈਂ ਤਾਂ ਕਹਿੰਦੀ ਹਾਂ। ਅਤੇ ਉਹ ਬੰਦਿਆਂ ਵੱਲੋਂ ਇਸ਼ਾਰੇ ਕੀਤੇ ਜਾ ਰਹੇ ਸੀਗੇ ਕਿ ਇੱਧਰ ਆ, ਚਲੋ ਮੈਂ ਉੱਧਰ ਆ ਕੇ ਖੜੀ ਹੋ ਗਈ ਨਾ, ਉਹ ਸਟਾਰਟਿੰਗ ਦੇ ਵਿੱਚ ਗੱਲ ਹੋਈ ਆ। ਅਤੇ ਕੈਜੂਅਲੀ ਆਪਾਂ ਫਿਰ ਉਹਨਾਂ ਨੇ ਗਾਣਾ ਲਾਇਆ, ਪੈਸੇ ਸੁੱਟੇ, ਅਤੇ ਕਹਿੰਦੇ ਆ ਗਾਣਾ ਲਾਉਂਦੇ ਆ। ਫਿਰ ਮੈਂ ਤੁਹਾਨੂੰ ਉਹ ਪਹਿਲਾਂ ਵੀ ਇੰਟਰਵਿਊ 'ਚ ਇਹ ਗੱਲ ਕਹਿ ਚੁੱਕੀ ਹਾਂ ਕਿ ਬਈ ਆਹ ਚੀਜ਼ ਹੋਈ ਸੀ, ਅਤੇ ਮੈਂ ਅੱਗੋਂ ਇਹ ਜਵਾਬ ਦਿੱਤਾ ਚੁਗਲਬੰਦੀ ਮੈਂ ਵੀ ਕੀਤੀ ਕਿ ਫਿਰ ਮੈਂ ਵੀ ਜੱਟਾਂ ਦੀ ਧੀ ਹਾਂ, ਫਿਰ ਇੱਦਾਂ ਕਿੱਦਾਂ ਚੱਕ ਲੂੰਗੇ। ਜੇ ਤੁਸੀਂ ਕਿਸੇ ਦੀ ਧੀ ਨੂੰ ਕਹਿ ਦਿਓ ਗਾਣੇ ਦੇ ਵਿੱਚ, ਤੁਸੀਂ ਆਪਦਾ ਤਾਂ ਸਮਝ ਲਿਆ ਗਾਣਾ, ਅਤੇ ਕੁੜੀ ਦੇ ਸਮਝ ਲਿਆ ਲਫ਼ਜ਼, ਉਹ ਵੀ ਤਾਂ ਲਫ਼ਜ਼ੋ ਲਫ਼ਜ਼ੀ ਸੀਗਾ। ਜੇ ਤੁਸੀਂ ਮਜ਼ਾਕ 'ਚ ਕਹਿਤਾ ਤਾਂ ਮੈਂ ਵੀ ਮਜ਼ਾਕ 'ਚ ਕਹਿਤਾ, ਤੁਸੀਂ ਸੀਰੀਅਸ ਕਿਉਂ ਲੈ ਲਿਆ ਫਿਰ ਉਸ ਚੀਜ਼ ਨੂੰ, ਹੈ ਨਾ। ਫਿਰ ਤੁਸੀਂ ਕੋਈ ਕਹਿ ਰਹੇ ਹੋ ਜਾ ਜਾ ਸਟੇਜ ਤੋਂ, ਇਹ ਹੁੰਦੀ ਕੌਣ ਆ ਬੋਲਣ ਵਾਲੀ, ਫਿਰ ਤੁਸੀਂ ਇਸ ਮੈਟਰ ਨੂੰ ਸੀਰੀਅਸ ਕਿਉਂ ਲਿਆ। ਸੀਰੀਅਸ ਪਹਿਲਾਂ ਤੁਸੀਂ ਮੈਟਰ ਨੂੰ ਲਿਆ, ਮੇਰੇ ਗਲਾਸ ਚੱਕ ਕੇ ਮਾਰਿਆ, ਮੈਨੂੰ ਮੇਰੀ ਡਿਸਰਿਸਪੈਕਟ ਕੀਤੀ, ਮੈਨੂੰ ਤੁਸੀਂ ਕਿਹਾ ਕਿ ਪਰੇ ਜਾ ਇੱਥੋਂ, ਠੀਕ ਆ। ਫਿਰ ਜਿਹੜੇ ਉਹ ਬੰਦੇ ਨੇ, ਉਹ ਬੰਦੇ ਇਹ ਚੀਜ਼ ਕਹਿ ਰਹੇ ਨੇ ਕਿ ਪੇਮੈਂਟ ਤੁਹਾਨੂੰ ਮਿਲ ਗਈ ਹੈ, ਜੋ ਹਾਂ ਮਿਲੀ ਸੀ ਮੈਨੂੰ ਪੇਮੈਂਟ, ਮੈਂ ਤਾਂ ਪਹਿਲਾਂ ਵੀ ਕਿਹਾ ਵਾ ਪੇਮੈਂਟ ਮਿਲ ਗਈ ਆ, ਅਤੇ ਲੇਕਿਨ ਉਹ ਕਹਿੰਦੇ ਸੀ ਉਹਨਾਂ ਨੇ ਸਾਡੀ ਪੇਮੈਂਟ, ਉਹਨਾਂ ਨੇ ਤਾਂ ਆਪਦੇ ਵੱਲੋਂ ਬੈਣੀਪਾਲ ਨੇ ਫਟਾਫਟ ਗਿਣ ਕੇ ਦੇ ਦਿੱਤੇ ਪੈਸੇ ਕਿ ਇਹ ਇੱਥੋਂ ਚਲੇ ਜਾਵੇ, ਮੈਂ ਆਪਦੀ ਬੇਇੱਜ਼ਤੀ ਕਰਵਾ ਕੇ ਕਿਉਂ ਜਾਂਦੀ ਉੱਥੋਂ। ਮੇਰੇ ਗਲਾਸ ਵੱਜਾ,
ਠੀਕ ਹੈ, ਮੈਂ ਆਪਦੀ ਮੈਂ ਇੱਥੋਂ ਤੱਕ ਮੁੱਦਾ ਆਉਣਾ ਨਹੀਂ ਸੀਗਾ, ਉਲਟਾ ਮੇਰੇ 'ਤੇ ਕੀ ਕਹਿੰਦੇ ਆ FIR ਦਰਜ ਹੋ ਜਾਂਦੀ, ਸਗੋਂ ਜੇ ਮੈਂ ਗਲਾਸ ਮਾਰ ਦਿੰਦੀ ਤਾਂ ਫਿਰ ਮੈਨੂੰ ਥਾਂ ਤੁਹਾਡੇ ਪ੍ਰੋਫੈਸ਼ਨਲ ਦੇ ਜਿਹੜੇ ਲੋਕ ਅੱਜ ਇਕੱਠੇ ਹੋ ਕੇ ਗਏ ਸੀਗੇ ਉਹ ਇਹੀ ਗੱਲ ਕਹਿ ਰਹੇ ਨੇ ਕਿ ਸਿਮਰ 'ਤੇ ਵੀ ਜਿਹੜੀ ਕਿ ਬਣਦੀ ਕਾਰਵਾਈ ਹੋਣੀ ਚਾਹੀਦੀ, 10 ਸਕਿੰਟ ਦੀ ਵੀਡੀਓ ਦੇਖ ਕੇ ਇੱਕ ਤਰਫੀ ਕਾਰਵਾਈ ਨਾ ਕਰੋ। ਇੱਕ ਸਵਾਲ ਮੇਰਾ ਹੋਰ ਹੈ, ਸਾਹਮਣੇ ਤਾਂ ਆਉਣਾ ਚਾਹੀਦਾ ਸੀ ਉਹਨਾਂ ਲੋਕਾਂ ਨੂੰ ਜਿਨ੍ਹਾਂ 'ਤੇ FIR ਦਰਜ ਹੋਈ ਹੈ, 1 ByName ਅਤੇ 3 ਅਣਪਛਾਤੇ ਲੋਕਾਂ 'ਤੇ, ਪਰ ਉਹ ਲੋਕ ਨਾ ਤਾਂ ਕੈਮਰੇ ਮੂਹਰੇ ਆਉਂਦੇ ਨੇ ਨਾ ਕੋਈ ਬਿਆਨਬਾਜ਼ੀ ਹੁੰਦੀ ਹੈ, ਜਿਹੜੇ ਤੁਹਾਡੇ ਪ੍ਰੋਫੈਸ਼ਨਲ ਦੇ ਲੋਕ ਨੇ ਤੁਹਾਡੇ ਹੀ ਖਿਲਾਫ਼ ਹੋ ਗਏ? ਕਿਉਂਕਿ ਉਹਨਾਂ ਨੂੰ ਉਹਨਾਂ ਦੀ ਪਹਿਚਾਣ ਚੰਗੀ ਤਰੀਕੇ ਨਾਲ ਆ, ਠੀਕ ਹੈ, ਇਹ ਜਿਹੜੀਆਂ ਪਾਰਟੀਆਂ ਜੁੜੀਆਂ ਹੁੰਦੀਆਂ ਨਾ ਇੱਕ ਦੂਜੇ ਦੀਆਂ ਪਾਰਟੀਆਂ ਹੀ ਹੁੰਦੀਆਂ, ਫਿਰ ਕਹਿੰਦਾ ਉਹ ਮੇਰੀ ਪਾਰਟੀ ਪੱਟ ਲਈ ਮੇਰੀ, ਹਾਂ ਮੈਂ ਹੁਣ ਪਿੱਛੇ ਜੇ ਓਪਨ ਸ਼ੋਅ ਇਹਨੂੰ ਕਹਿੰਦੇ ਆ ਕਿ ਆਪਾਂ ਕਿਸੇ ਦੇ ਔਰਗਨਾਈਜ਼ਰ ਦੇ ਥਰੂ ਨਹੀਂ, ਆਪਾਂ ਡਾਇਰੈਕਟ ਸ਼ੋਅ ਲਾ ਰਹੇ ਹਾਂ ਕਿਸੇ ਹੋਰ ਦਾ, ਹੈ ਨਾ, ਅਤੇ ਇਹ ਵੀ ਆਪਾਂ ਡਾਇਰੈਕਟ ਸ਼ੋਅ ਹੀ ਲਾਇਆ ਸੀਗਾ ਜਿਵੇਂ, ਹੈ ਨਾ, ਅਤੇ ਉਸ ਬੰਦੇ ਨੂੰ ਲੱਗਿਆ ਕਿ ਮੇਰੀਆਂ ਪਾਰਟੀਆਂ ਪੱਟੀਆਂ ਜਾ ਰਹੀਆਂ, ਇੱਕ ਦੂਜੇ ਦੇ ਔਰਗਨਾਈਜ਼ਰਾਂ ਨੂੰ ਪਤਾ ਹੁੰਦਾ ਕਿਹੜੀ ਪਾਰਟੀ ਹੈ ਕਿਹੜੀ ਨਹੀਂ, ਠੀਕ ਆ, ਬਾਕੀ ਜੇ ਕਿਸੇ ਨੂੰ ਨਹੀਂ ਵੀ ਪਤਾ ਹੋਊਗਾ ਕੌਣ ਸੀ ਜਿਹੜੇ ਬੰਦੇ ਦਾ ਸ਼ੋਅ ਸੀ ਬੈਣੀਪਾਲ ਦਾ, ਉਹਨੇ ਸ਼ੋਅ ਬੁੱਕ ਕੀਤਾ ਵਾ, ਉਹਨੇ ਕਿਸੇ ਬੰਦੇ ਦੇ ਥਰੂ ਬੁੱਕ ਕੀਤਾ ਹੋਊਗਾ, ਮੈਂ ਸ਼ੋਅ ਬੁੱਕ ਕਰਨਾ, ਤੁਸੀਂ ਮੈਨੂੰ ਕਾਲ ਕਰੋਗੇ ਸਿਮਰ ਜੀ ਆਪਾਂ ਪ੍ਰੋਗਰਾਮ ਬੁੱਕ ਕਰਨਾ, ਮੈਂ ਤੁਹਾਨੂੰ ਜਾਣਦੀ ਹੋਊਂਗੀ, ਠੀਕ ਹੈ ਨਾ, ਅਤੇ ਜੇ ਮੈਂ ਤੁਹਾਨੂੰ ਨਹੀਂ ਵੀ ਜਾਣਦੀ ਹੋਊਂਗੀ ਮੈਂ ਫਿਰ ਵੀ ਤੁਹਾਨੂੰ ਫੋਨ ਲਾ ਕੇ ਪੁੱਛੂਗੀ ਕਿ ਭਾਈ ਜਿਹੜੇ ਤੁਸੀਂ ਉਹ ਹਰਕਤ ਨਹੀਂ ਕੀਤੋਗੇ, ਮੈਂ ਅਗਲੇ ਨੂੰ ਪੁੱਛੂਗੀ ਭਾਈ ਤੁਹਾਡੇ ਵਿਆਹ 'ਤੇ ਕਿਹੜੇ ਕਿਹੜੇ ਬੰਦੇ ਆਏ ਸੀਗੇ, ਹੈ ਨਾ, ਇਹ ਇਹਨਾਂ ਨੇ ਮੈਨੂੰ ਲੱਗਦਾ ਆ, ਆਈ ਐਮ ਨੋਟ ਸ਼ਿਓਰ ਕਿ ਇਹ ਇਹਨਾਂ ਨੂੰ ਪੈਸੇ ਦਿੱਤੇ ਗਏ ਆ ਔਰਗਨਾਈਜ਼ਰਾਂ ਨੂੰ, ਤਾਂ ਇਹ ਕਰਕੇ ਅਣਪਛਾਣੀ ਉਹਨਾਂ ਦੀ ਕਰਦੇ ਪਏ ਆ, ਇਹ ਜਾਣ ਬੁੱਝ ਕੇ ਪਛਾਣ ਉਹਨਾਂ ਦੀ ਕਰਨ ਤੋਂ ਮੁੱਕਰ ਰਹੇ ਨੇ। ਮੈਂ ਕਹਿੰਦੀ ਹਾਂ ਉਹ ਬੰਦੇ ਮੇਰੇ ਸਾਹਮਣੇ ਲੈ ਜਾਣ, ਮੈਂ ਉਹਨਾਂ ਦੀ ਆਪੇ ਪਛਾਣ ਕਰ ਲਾਂਗੀ। ਪੈਸੇ ਕਿਹਨਾਂ ਵੱਲੋਂ ਤੇ ਕਿਹਨੂੰ ਦਿੱਤੇ ਗਏ ਨੇ? ਦੇਖੋ ਮੈਂ ਇਸ ਗੱਲ ਨੂੰ ਸ਼ਿਓਰਲੀ ਨਹੀਂ ਕਹਿ ਰਹੀ, ਜਿਹੜੇ ਇਹ ਮੇਰੇ ਖਿਲਾਫ ਹੋਏ ਕਿਉਂ, ਇਹਨਾਂ ਨੂੰ ਕੀ ਲਾਲਚ ਹੈ ਮੇਰੇ ਖਿਲਾਫ ਹੋਣ ਦਾ? ਉਹ ਕਹਿੰਦੇ ਵੀ ਸਾਡਾ ਕੰਮ ਦਾ ਬਹੁਤ ਨੁਕਸਾਨ ਹੋਊਗਾ, ਸਾਡੇ ਘਰ ਚੱਲਦੇ ਨੇ, ਸਾਡੀਆਂ ਪਾਰਟੀਆਂ ਖਰਾਬ ਹੋ ਗਈਆਂ, ਲੋਕਾਂ ਦੇ ਵਿੱਚ ਗਲਤ ਮੈਸੇਜ ਆਉਂਦਾ, ਕੱਲ ਨੂੰ ਸਾਨੂੰ ਕੋਈ ਵਿਆਹ ਸ਼ਾਦੀ 'ਤੇ ਬੁਲਾਊਗਾ ਹੀ ਨਹੀਂ। ਕਿਉਂ, ਜਿਨ੍ਹਾਂ ਨੇ ਜਦੋਂ ਗੋਲੀ ਵੱਜੀ ਸੀ ਉਸ ਤੋਂ ਬਾਅਦ ਕਿਹੜੇ ਵਿਆਹ ਨਹੀਂ ਹੋਏ? ਜਦੋਂ ਗੋਲੀ ਦਾ ਕਾਂਡ ਹੋਇਆ ਸੀ ਉਸ ਤੋਂ ਬਾਅਦ ਵਿਆਹ ਨਹੀਂ ਸੀ ਹੋਏ? ਜਿਨ੍ਹਾਂ ਨੇ ਕਰਨਾ, ਜਿਨ੍ਹਾਂ ਨੇ ਕੰਮ ਕਰਨਾ ਆ, ਉਹਨਾਂ ਨੇ ਤਾਂ ਕਰਨਾ ਹੀ ਕਰਨਾ ਆ। ਜਦੋਂ ਉਹਦੀ ਅੱਛਾ ਜੇ ਇੰਨੀ ਤੁਹਾਡੇ 'ਚ ਅਣਖ ਸੀਗੀ, ਜਦੋਂ ਗੋਲੀ ਵੱਜ ਗਈ ਸੀ ਉਦੋਂ ਹੀ ਬੇਸ਼ਰਮੋ ਕੰਮ ਡਾਂਸਰਾਂ ਦਾ ਬੰਦ ਕਰ ਦਿੰਦੇ। ਜੇ ਤੁਸੀਂ ਬੰਦ ਕਰਾਉਣ 'ਤੇ ਆਏ ਹੋ ਤਾਂ ਫਿਰ ਮੈਂ ਬੰਦ ਕਰਾਉਣ ਦੇ ਵਿੱਚ ਵੀ ਖੜੀ ਹੋ ਜੂੰਗੀ, ਠੀਕ ਹੈ ਨਾ, ਇਹ ਗੱਲ ਨਾ ਕਰੋ। ਗੱਲ ਮੈਂ ਬੰਦ ਕਰਾਉਣ ਦੀ ਕੋਈ ਵੈਸੇ ਤਾਂ ਕੀਤੀ ਨਹੀਂ, ਪਰ ਜੇ ਉਸ ਕੁੜੀ ਦੇ ਜੇ ਤੁਹਾਡੇ 'ਚ ਇੰਨੀ ਗੱਲ ਹੁੰਦੀ ਬੰਦ ਹੋਣ ਦੀ, ਹਲੇ ਤਾਂ ਮੇਰੇ ਗਲਾਸ ਹੀ ਵੱਜਾ ਸੀ, ਜੇ ਮੇਰੇ ਗੋਲੀ ਵੱਜ ਜਾਂਦੀ ਕੰਮ ਤੁਹਾਡਾ ਫਿਰ ਵੀ ਚੱਲਣਾ ਸੀ ਬਠਿੰਡੇ ਵਾਲੀ ਕੁੜੀ ਵਾਂਗੂ? ਬਿਲਕੁਲ। ਇਹ ਜਾਣ ਬੁੱਝ ਕੇ ਤੁਹਾਡਾ ਮੂੰਹ ਦੱਬਿਆ ਕਿਸੇ ਨੇ ਅਤੇ ਤੁਹਾਡੀਆਂ ਅੱਖਾਂ ਬੰਨਤੀਆਂ ਕਿਸੇ ਨੇ, ਜਿਹਦੀ ਵਜ੍ਹਾ ਨਾਲ ਤੁਸੀਂ ਆਫਰੇ ਫਿਰਦੇ ਹੋ ਅਤੇ ਤੁਸੀਂ ਬੋਲਦੇ ਨਹੀਂ ਪਏ ਕੁਛ ਕਿ ਉਹ ਬੰਦੇ ਕੌਣ ਸੀਗੇ। ਇੱਦਾਂ ਕੌਣ ਹੋ ਸਕਦਾ ਵਾ ਕਿ ਤੁਸੀਂ ਬੰਦੇ ਪਛਾਣਨ ਤੋਂ ਮਨਾ ਕਰ ਰਹੇ ਹੋ? ਕਿਉਂ ਕਰ ਰਹੇ ਹੋ? ਮੇਰੇ ਸਾਹਮਣੇ ਮੈਨੂੰ ਕਿਹਾ ਹੈ ਕਿ ਤੁਹਾਡੇ ਘਰ ਸੰਮਨ ਭੇਜੇ ਜਾਣਗੇ, ਬਾਕੀ ਕੋਰਟ ਕਚਹਿਰੀ ਦਾ ਮਾਮਲਾ ਹੋਏਗਾ, ਅਤੇ ਬਾਕੀ ਮੇਰਾ ਡਾਇਰੈਕਟ ਉਹਨਾਂ ਦੇ ਨਾਲ ਆ, ਮੈਂ ਉਸ ਬੰਦੇ ਨੂੰ ਹੋ ਸਕਦਾ ਮਾਫ਼ ਵੀ ਕਰ ਦੇਵਾਂ, ਇਹ ਐਵੇਂ ਵਿੱਚ ਬੋਲੀ ਜਾਂਦੇ, ਹੋ ਸਕਦਾ ਮੈਂ ਉਹ ਬੰਦੇ ਨੂੰ ਮਾਫ਼ ਕਰਦਾਂ, ਹੈ ਨਾ, ਮੈਂ ਮੇਰੀ ਸੈਲਫ ਰਿਸਪੈਕਟ ਘਟੀ ਜਿਹਦੇ ਕਰਕੇ, ਹੈ ਨਾ, ਅਤੇ ਮੈਨੂੰ ਹੋ ਸਕਦਾ ਉਸ ਬੰਦੇ ਨੂੰ ਮੈਂ ਕਹਾਂ ਕਿ ਚੱਲ ਠੀਕ ਆ ਕੋਈ ਗੱਲ ਨਹੀਂ ਤੈਨੂੰ ਮੈਂ ਮਾਫ਼ ਕਰਦਾ। ਇਹਦਾ ਮਤਲਬ ਇਹ ਨਹੀਂ ਕਿ ਮੈਂ ਰਿਸ਼ਵਤ ਲੈ ਕੇ ਮਾਫ਼ ਕਰੂੰਗੀ, ਮੈਂ ਬਕਾਇਦਾ ਆਪਣੇ ਮੀਡੀਆ ਦੇ ਸਾਹਮਣੇ ਗਲਤੀ ਮੰਨਦਾ ਵਾ ਤਾਂ ਤੁਸੀਂ ਮਾਫ਼ ਕਰਨ ਨੂੰ ਤਿਆਰ ਹੋ? ਮੈਂ ਰਿਸ਼ਵਤ ਲੈ ਕੇ ਮਾਫ਼ੀ ਵਾਲਾ ਚੀਜ਼ ਨਹੀਂ ਕਰੂੰਗੀ ਕਿ ਕੱਲ੍ਹ ਨੂੰ ਲੋਕ ਕਹਿਣ ਕਿ ਰਿਸ਼ਵਤ ਲੈ ਕੇ ਸਿਮਰ ਨੇ ਮਾਮਲਾ ਵਾਪਸ ਲੈ ਲਿਆ। ਮੈਂ ਬਕਾਇਦਾ ਮੀਡੀਆ ਸੱਦੂਗੀ ਅਤੇ ਮੀਡੀਆ ਸਾਰਾ ਜਿਨ੍ਹਾਂ ਨੇ ਮੇਰੀਆਂ ਧੰਨਵਾਦ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ, ਮੀਡੀਆ ਸੱਦ ਕੇ ਉਹਨੂੰ ਉਸ ਤੋਂ ਕਨਫੈਸ਼ਨ ਲਊਂਗੀ ਕਿ ਗੱਲ ਹੋਈ ਸੀ, ਚਲੋ ਤੁਹਾਡੇ ਕੋਲ ਜੇ ਗਲਤੀ ਹੋ ਗਈ ਤਾਂ ਕੋਈ ਗੱਲ ਨਹੀਂ, ਪੈਸੇ ਵੈਸੇ ਦਾ ਕੋਈ ਐਡਾ ਰਿਸ਼ਵਤ ਵਾਲਾ ਕੰਮ ਲੈ ਕੇ ਕਿ ਕੱਲ੍ਹ ਨੂੰ ਇਹ ਮੁੱਦਾ ਉਠਾਇਆ ਜਾ, ਦੇਖਿਆ ਹੁਣ ਕੇਸ ਬੰਦ ਹੋ ਗਿਆ, ਉਹ ਨਹੀਂ ਹੋ ਸਕਦਾ ਮੈਂ ਉਸ ਮੁੰਡੇ ਨੂੰ ਮੈਂ ਮਾਫ਼ ਕਰ ਦੇਵਾਂ, ਹੈ ਨਾ, ਅਤੇ ਪਰ
ਜੇ ਉਹ ਆਕੜ ਹੱਲੇ ਵੀ ਰੱਖੂਗਾ ਤਾਂ ਫਿਰ ਮਾਮਲਾ ਜਾਊਗਾ ਅੱਗੇ ਤੱਕ, ਕਿਉਂਕਿ ਸੈਲਫ ਰਿਸਪੈਕਟ ਮੈਨੂੰ ਮੇਰੀ ਵਾਪਸ ਚਾਹੀਦੀ ਹੈ, ਮਾਨਹਾਨੀ ਜਿਹਨੂੰ ਕਹਿੰਦੇ ਆ। ਅੱਜ ਜਦੋਂ ਤੁਹਾਡੇ ਪ੍ਰੋਫੈਸ਼ਨਲ ਦੇ ਲੋਕ ਜਾ ਕੇ ਥਾਣੇ ਉੱਤੇ ਪਹੁੰਚਦੇ ਨੇ, ਉਹ ਕਹਿੰਦੇ ਵੀ ਅਸੀਂ ਸਿਮਰ ਨੂੰ ਵੀ ਕਾਲ ਕੀਤੀ ਕਈ ਵਾਰੀ, ਵੀ ਸਿਮਰ ਨਾਲ ਵੀ ਅਸੀਂ ਗੱਲ, ਸਿਮਰ ਦਾ ਪੱਖ ਵੀ ਜਾਣਨਾ ਚਾਹਿਆ ਕਾਫੀ ਹੱਦ ਤੱਕ, ਤੁਹਾਨੂੰ ਪਤਾ ਸੀ, ਪਰ ਫਿਰ ਵੀ ਅਸੀਂ ਇੱਕ ਵਾਰ ਉਹਨਾਂ ਨਾਲ ਗੱਲਬਾਤ ਤੁਹਾਡੇ ਤੱਕ ਅਪਰੋਚ ਕੀਤੀ, ਉਹਨੂੰ ਤੁਹਾਡੇ ਨਾਲ ਪੁੱਛਿਆ ਵੀ ਕੀ ਕੀ ਮਾਮਲਾ ਸੀਗਾ, ਸਾਰਾ ਕੀ ਹੋਇਆ। ਮੈਨੂੰ ਕੁਛ ਕੁ ਕਾਲ ਆਏ ਸੀਗੇ ਅਤੇ ਉਸ ਤੋਂ ਹਾਲੇ ਮੈਂ ਤੁਹਾਨੂੰ ਕਿਹਾ ਤਾਂ ਨਹੀਂ, ਮੈਂ ਹਾਲੇ ਘਰੇ ਪਹੁੰਚੀ ਹਾਂ ਅਤੇ ਮੈਨੂੰ ਵੀਡੀਓ ਆ ਗਈ ਅਤੇ ਮੈਂ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਅਤੇ ਉਸ ਤੋਂ ਬਾਅਦ ਫੋਨ 'ਤੇ ਫੋਨ ਪਤਾ ਨਹੀਂ ਲੱਗਣ ਦਿਆ ਮੈਨੂੰ ਕਿਹਦਾ ਫੋਨ ਆਉਣ ਦਿਆ, ਥੋੜ੍ਹੀ ਦੇਰ ਮੈਂ ਫੋਨ ਸਾਈਡ 'ਤੇ ਰੱਖਤਾ ਆਪਦਾ, ਹੈ ਨਾ, ਅਤੇ ਫਿਰ ਮੈਂ ਸੋਚਿਆ ਕਿ ਮੈਂ ਨਹੀਂ ਚੱਲ ਪਈ ਤਾਂ ਆਪਾਂ ਥਾਣੇ ਚੱਲਦੇ ਹਾਂ, ਇਹ ਮਾਮਲਾ ਇਹਨਾਂ ਨੇ ਮੈਨੂੰ ਜਾਣ ਬੁੱਝ ਕੇ ਮੇਰੀਆਂ ਲੱਤਾਂ ਖਿੱਚਣ ਲਈ, ਜੇ ਤੁਸੀਂ ਆਪ ਸੋਚੋ ਜਿਹੜੇ ਥਾਣੇ 'ਚ ਹੁਣ ਖੜ੍ਹੇ ਹੋ ਗਏ ਨੇ ਮੇਰੇ ਖਿਲਾਫ਼, ਉਹਨਾਂ ਨੇ ਵੀਡੀਓ ਕਿਉਂ ਬਣਾਈ ਹੋਊਗੀ। ਜੋ ਲੱਗਦਾ ਕਿ ਸਿਮਰ ਦੀ ਛਵੀ ਖਰਾਬ ਕਰਨ ਦੇ ਚੱਕਰ ਪਹਿਲਾਂ ਹੀ ਪਲੈਨਿੰਗ ਸੀ ਵੀਡੀਓ ਬਣਾਉਣ ਦੀ ਜਾਂ ਕੁਛ ਕਰਨ ਦੀ, ਹੋ ਸਕਦਾ ਆ, ਹੋ ਸਕਦਾ ਆ, ਕਿਉਂਕਿ ਕਈ ਲੋਕਾਂ ਨੂੰ ਬਹੁਤ ਮਿਰਚਾਂ ਨੇ, ਕਈਆਂ ਦੇਖੋ ਸਾਰੇ ਆਰਟਿਸਟਾਂ ਨੂੰ ਮੈਂ ਨਹੀਂ ਕਹਿ ਰਹੀ ਹੈਗੀ, ਹੈ ਨਾ, ਪਤਾ ਕਿ ਇੱਕ ਜਦੋਂ ਆਪਾਂ ਗੱਲ ਕਰ ਦਿੰਦੇ ਹਾਂ ਨਾ ਤਾਂ ਕੋਈ ਨਾ ਕੋਈ ਆਪਣੇ ਉੱਤੇ ਲੈ ਜਾਂਦਾ ਆ, ਜੇ ਤੁਸੀਂ ਸਹੀ ਹੋ ਤੁਸੀਂ ਆਪਦੇ ਉੱਪਰ ਗੱਲ ਨਾ ਲੈ ਕੇ ਜਾਇਆ ਕਰੋ, ਜਿਹਦੇ ਬਾਰੇ ਗੱਲ ਹੋ ਰਹੀ ਹੁੰਦੀ ਉਹਨੂੰ ਪਤਾ ਹੁੰਦਾ ਆ। ਜਦੋਂ ਆਪਾਂ ਇੱਕ ਵਟਸਐਪ ਸਟੇਟਸ ਪਾਉਂਦੇ ਹਾਂ ਉਹ ਸਾਰਿਆਂ ਨਾਲ ਥੋੜ੍ਹੀ ਹੁੰਦਾ ਆ, ਉਹ ਕਿਸੇ ਲਈ ਹੁੰਦਾ ਆ ਅਤੇ ਉਹ ਕਿਸੇ ਨੂੰ ਮਿਰਚ, ਹੁਣ ਆਪਾਂ ਕਈ ਵਾਰ ਆਪਾਂ ਨਾ ਅਗਲੇ ਦੇ, ਹਾਂ ਉਹ ਸਮਝ ਜਾਂਦੇ ਨੇ, ਆਪਾਂ ਉਸ ਬੰਦੇ ਨੂੰ ਨਾ ਉਹਦਾ ਨਾਮ ਨਹੀਂ ਲੈਣਾ ਚਾਹੁੰਦੇ ਹੁੰਦੇ ਅਤੇ ਆਪਾਂ ਉਹਨੂੰ ਕੁਛ ਨਾ ਕੁਛ ਗੱਲ ਸਮਝਾਉਣੀ ਹੁੰਦੀ ਅਤੇ ਆਪਾਂ ਸਟੇਟਸ ਦੀ ਰਾਹੀਂ ਸਮਝਾ ਦਿੰਦੇ, ਲੇਕਿਨ ਉਹ ਫਿਰ ਮਜਬੂਰ ਕਰ ਦਿੰਦੇ ਨੇ ਕਿ ਸਿੱਧਾ ਉਹਨੂੰ ਹੀ ਭੇਜੋ, ਅਤੇ ਹੁਣ ਇਹਨਾਂ ਨੇ ਮੈਨੂੰ ਇੱਥੋਂ ਤੱਕ ਮਜਬੂਰ ਕਰਤਾ ਸੀਗਾ ਕਿ ਜਦੋਂ ਮੈਂ ਪੜ੍ਹਿਆ ਦੇਖਿਆ ਨਾ ਕਿ ਇਹ ਬੈਨਰ ਸਾਡੇ ਬੈਨਰ ਦੀ ਵੀਡੀਓ ਨਹੀਂ ਹੈਗੀ, ਇਹ ਕਿਸੇ ਹੋਰ ਬੈਨਰ ਦੀ ਵੀਡੀਓ, ਤਾਂ ਫਿਰ ਮੈਨੂੰ ਲੱਗਿਆ ਕਿ ਯਾਰ 3 ਸਾਲ ਮੈਂ ਤੁਹਾਡੇ ਪਿੱਛੇ ਕੰਮ ਕੀਤਾ, ਮੈਂ ਪਾਗਲ ਸੀ ਹੈਂ, ਮੈਨੂੰ ਤਾਂ ਓਨੀ ਕੁ ਪੇਮੈਂਟ ਮਿਲਦੀ ਸੀ ਹੈਂ, ਤੁਸੀਂ ਕਦੀ ਮੈਨੂੰ ਸ਼੍ਰੀ, ਅੱਛਾ ਇੱਕ ਹੋਰ ਕਿੱਸਾ ਸੁਣਾਉਣੀ ਆ ਫਰੈਂਡ ਜੀ ਨੂੰ ਕੋਦਰ ਨੂੰ, ਹੁਣ ਮੈਂ ਕਿ ਜਿੱਦਣ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਸ਼੍ਰੀ, ਉੱਥੇ ਗੰਗਾਨਗਰ ਤੋਂ ਮੈਂ ਵਾਪਸ ਆ ਰਹੀ ਸੀ, ਐਕਸੀਡੈਂਟ ਹੋ ਗਿਆ ਸੀ, ਸਾਰਿਆਂ ਦੇ ਰਾਤ ਨੂੰ ਫੋਨ ਆਫ ਸੀਗੇ, ਇਹਨਾਂ ਦੇ ਬੰਦਿਆਂ ਦੇ ਅੱਗੇ ਗੱਡੀ ਜਾ ਰਹੀ ਸੀਗੀ ਅਤੇ ਸਾਡੀ ਪਿੱਛੇ ਜਾ ਰਹੀ ਸੀ, ਇਹਨਾਂ ਦੇ ਬੰਦੇ ਜ਼ਰੂਰ ਨਾਲ ਸੀਗੇ, ਪਰ ਇਹਨਾਂ ਨੇ ਦੂਜੇ ਬੰਦੇ ਨੇ ਕੀ ਕਿਹਾ, ਸੜਕ ਹੈ ਜਿੱਦਾਂ ਮੈਂ ਵੀ ਕਹਿ ਦਿੰਦੀ ਹਾਂ ਕਿ ਚਲੋ ਜਿਹਨੇ ਮਰਨਾ ਹੁੰਦਾ ਉਹ ਤਾਂ ਮਾਰੀ ਜਾਂਦਾ, ਅਤੇ ਚਲੋ ਉਹ ਗੱਲ ਸਹੀ ਵੀ ਹੈ, ਹੈ ਨਾ, ਜੇ ਮੈਂ ਮਰਨਾ ਹੁੰਦਾ ਤਾਂ ਉਦਣ ਵੀ ਮਰ ਜਾਣਾ ਸੀ, ਪਰ ਚਲੋ ਸਾਡੇ ਚੋਟ ਵਗੈਰਾ ਨਹੀਂ ਆਈ, ਅਤੇ ਕੀ ਉਦਣ ਇਹਨਾਂ ਨੇ ਸਾਡਾ ਖਰਚਾ ਦਰਚਾ ਭਰਿਆ ਸੀ, ਆਪ ਤਾਂ ਇਹਨਾਂ ਨੇ ਦੇ ਤਰੇ ਦੀ ਇਨਾਮ ਦੇ ਪੈਸੇ ਕਮਾ ਲਏ ਸਾਡੇ ਉੱਪਰੋਂ, ਸਾਡਾ ਕੋਈ ਕਿਸੇ ਨੇ ਕਿਹਾ ਕਿ ਗੱਡੀ ਬਣਵਾ ਦਿੰਦੇ ਹਾਂ ਤੁਹਾਡੀ ਜੀ, ਇਹ ਕਹਿੰਦੇ ਨਾ ਪੂਰੀ ਸਿਕਿਉਰਟੀ ਹੁੰਦੀ ਆ, ਪੂਰਾ ਕੁਛ ਹੁੰਦਾ ਆ, ਅਤੇ ਥੋੜ੍ਹੀਆਂ ਜਿਹੀ ਜ਼ਿੰਮੇਵਾਰੀਆਂ ਵੀ ਲਿਆ ਕਰੋ, ਪਹਿਲਾਂ ਕਿੱਦਾਂ, ਪਹਿਲਾਂ ਜਦੋਂ ਕੰਮ ਕੁੜੀਆਂ ਕਰਦੀਆਂ ਹੁੰਦੀਆਂ ਸੀ, ਪਹਿਲਾਂ PG ਸਿਸਟਮ ਹੁੰਦਾ ਸੀ, ਕੁੜੀਆਂ ਨੂੰ ਬਕਾਇਦਾ ਰਾਸ਼ਨ ਦਿੱਤਾ ਜਾਂਦਾ ਸੀ, ਕੁੜੀਆਂ ਨੂੰ ਬਕਾਇਦਾ ਸੇਫਟੀ ਦਿੱਤੀ ਜਾਂਦੀ ਸੀ, ਘਰ ਦੀ ਰੈਂਟ ਵਗੈਰਾ ਸਾਰੇ ਔਰਗਨਾਈਜ਼ਰ ਦਿੰਦੇ ਹੁੰਦੇ ਸੀ ਜਿਹੜੀਆਂ ਕੁੜੀਆਂ ਰੱਖਦੇ ਸੀ, ਕੁੜੀਆਂ ਨਾ ਐਕਚੁਅਲੀ ਸਭ ਤੋਂ ਪਾਗਲ ਕੁੜੀਆਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਸਿਰ 'ਤੇ ਚੜਾ ਲਿਆ, ਅਤੇ ਹੁਣ ਇਹ ਸਿਰ 'ਤੇ ਚੜ ਕੇ ਜਿਹੜਾ ਨੱਚਣ ਦੇ ਨੇ ਉਹ ਇਹ ਕੰਮ, ਇਹ ਗੱਲ ਆ ਕਿ ਕੁੜੀਆਂ ਨੇ ਕੀ ਕੀਤਾ ਵਾ, ਹੁਣ ਜਿਹੜੀਆਂ ਪਾਰਟੀ ਸਾਹਮਣੇ ਵਾਲੀ ਹੈ ਨਾ ਉਹ ਕੁੜੀਆਂ ਡਾਇਰੈਕਟ ਉਹਨਾਂ ਦੇ ਸ਼ੋਅ ਲਾਉਣ ਲੱਗ ਗਈਆਂ, ਅਤੇ ਇਹਨਾਂ ਨੂੰ ਹੋ ਗਿਆ ਯਾਰ ਸਾਡੀ ਕਮਿਸ਼ਨ, ਅਸੀਂ ਤਾਂ ਇਹਨਾਂ ਦੇ ਸਿਰ ਤੋਂ ਕਮਾਉਣਾ ਜੀ, ਅਤੇ ਫਿਰ ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਇੱਕ ਲੱਗਦਾ ਕੁੜੀਆਂ ਦੇ ਸਿਰ ਤੋਂ ਹੀ ਕਮਾ ਕੇ ਅਤੇ ਕੁੜੀਆਂ ਦੇ ਨਾਲ ਹੀ ਨਹੀਂ ਖੜਦੇ? ਬਿਲਕੁਲ ਯਾਰ, ਬਿਲਕੁਲ, ਤੁਸੀਂ ਹੁਣ ਦੇਖਿਆ ਨਹੀਂ ਆ ਤਮਾਸ਼ਾ, ਇਸ ਬੰਦੇ ਨੇ 4 ਸਾਲ ਫਰੈਂਡ ਜੀ ਨੂੰ ਕੋਦਰ ਨੇ ਕਿੰਨੇ ਪੈਸੇ ਕਮਾਏ ਹੋਊਂਗੇ, ਮੈਂ ਇਹ ਨਹੀਂ ਕਹਿੰਦੀ ਮੇਰੇ ਤੋਂ, ਹੋਰ ਵੀ ਮਨਪ੍ਰੀਤ ਦੀਦੀ ਸੀਗੀ Luck20 ਵਾਲੀ, ਉਹਨਾਂ ਦੀ ਫੇਮਸ ਹੋਈ ਸੀਗੀ ਮਨਪ੍ਰੀਤ ਦੀਦੀ ਦੀ, ਉਸ ਤੋਂ ਬਾਅਦ ਕੁਛ ਵੀਡੀਓਜ਼ ਮੇਰੀਆਂ ਵਾਇਰਲ ਹੋਈਆਂ, ਹੈ ਨਾ, ਅਤੇ ਇਹਨਾਂ ਨੇ ਕਮਾਇਆ ਬਹੁਤ ਕੁਛ, ਹੈ ਨਾ, ਇਹ ਆਪਣੇ ਮੂੰਹੋਂ ਵੀ ਮੰਨਦੇ ਨੇ ਇਹ ਚੀਜ਼ਾਂ, ਹੈ ਨਾ, ਅਤੇ ਆਡੀਅੰਸ ਵੀ ਇਹ ਚੀਜ਼ ਕਹਿੰਦੀ ਹੈ ਇਹ ਚੀਜ਼ ਨੂੰ, ਅਤੇ ਪਰ ਤੁਸੀਂ ਇੱਦਾਂ ਨਾ ਕਰੋ ਕਿ ਕਿਸੇ ਦਾ ਖਾ ਕੇ ਜਿਵੇਂ ਤੁਸੀਂ ਕਹਿ ਦਿੰਦੇ ਹੋ ਨਾ ਨਮਕ ਹਰਾਮ ਕਰਦੇ ਪਏ ਹੋ, ਉਹ ਗੱਲ ਆ, ਕਿਉਂਕਿ ਤੁਸੀਂ ਕਹਿੰਦੇ ਹੋ ਕਿ ਬਈ ਕੀ ਮੈਂ ਤੁਹਾਨੂੰ ਇਹਨਾਂ ਬਾਰੇ ਦੱਸਾਂ। ਸਿਮਰ ਪਰਿਵਾਰ 'ਚ ਕੌਣ ਕੌਣ ਹੈ ਹੁਣ, ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਗੱਲਬਾਤ ਹੋ ਰਹੀ ਹੈ?
ਪਰਿਵਾਰ ਮੇਰਾ ਕਹਿ ਰਿਹਾ ਤੁਸੀਂ ਵਧੀਆ ਕੀਤਾ, ਜੇ ਤੁਹਾਨੂੰ ਮੇਰੀਆਂ ਭੂਆ ਹੋਣਾ ਨੂੰ ਪੁੱਛ ਲਓ, ਜਦੋਂ ਭੂਆ ਹੋਣੀ ਮੇਰੀਆਂ ਜਵਾਨ ਹੁੰਦੀਆਂ ਸੀ ਤਾਂ ਕਿਸੇ ਬੰਦੇ ਦੀ ਜ਼ਰੂਰਤ ਨਹੀਂ ਹੁੰਦੀ ਸੀ ਬੋਲਣ ਦੀ, ਹੈ ਨਾ। ਮੇਰੀਆਂ ਭੂਆ ਹੋਣਾ ਨੂੰ ਇਹ ਗੱਲ ਪੁੱਛ ਕੇ ਦੇਖਿਓ ਕਿ ਜਦੋਂ ਇਹ ਆਪ ਟਰੈਕਟਰ ਵਾਹੁੰਦੀਆਂ ਰਹੀਆਂ ਨੇ ਆਪਦੀਆਂ ਜ਼ਮੀਨਾਂ ਦੇ ਵਿੱਚ, ਸਤਿ ਸ਼੍ਰੀ ਅਕਾਲ ਜੀ, ਆਪਦੀਆਂ ਜ਼ਮੀਨਾਂ ਦੇ ਵਿੱਚ ਟਰੈਕਟਰ ਵਾਹੁੰਦੀਆਂ ਰਹੀਆਂ ਨੇ, ਇਹ ਚੀਜ਼ਾਂ ਕੱਢਦੀਆਂ ਰਹੀਆਂ ਨੇ, ਅਤੇ ਇਹਨਾਂ ਨੇ ਕਦੀ ਮੇਰੀਆਂ ਭੂਆ ਹੋਣਾ ਨੇ ਕਦੀ ਬੰਦੇ ਨੂੰ ਬੋਲਣ ਦਿੱਤਾ। ਅਤੇ ਤੁਹਾਨੂੰ ਪਤਾ ਖੂਨ ਤਾਂ ਫਿਰ ਖੂਨ ਹੀ ਹੁੰਦਾ, ਸਾਡੇ ਘਰ ਦੇ ਤਾਂ ਇਹ ਕਹਿ ਰਹੇ ਨੇ ਕਿ ਬਿਲਕੁਲ ਸਹੀ ਕੀਤਾ ਵਾ, ਬਿਲਕੁਲ ਠੀਕ ਕੀਤਾ ਵਾ, ਬਾਕੀ ਜੇ ਉਹਨੇ ਗਲਤੀ ਕੀਤੀ ਆ ਉਹ ਸਾਹਮਣੇ ਆ ਕੇ ਮੀਡੀਆ ਦੇ ਮਾਫੀ ਮੰਗ ਲਏ, ਜੇ ਉਹ ਸੋਚੇਗਾ ਕਿ ਮੈਨੂੰ ਖਰੀਦ ਲਏਗਾ ਪੈਸਿਆਂ ਨਾਲ ਅਤੇ ਮੈਂ ਆਪਣਾ ਕੇਸ ਵਾਪਸ ਲੈ ਲਾਂਗੀ, ਇਹ ਨਹੀਂ ਹੋ ਸਕਦਾ। ਪਰਿਵਾਰ 'ਚ ਸਿਮਰ ਕੌਣ ਕੌਣ? ਪਰਿਵਾਰ 'ਚ ਮੰਮੀ ਡੈਡੀ ਨੇ ਅਤੇ ਦੋ ਬ੍ਰਦਰ ਨੇ, ਇੱਕ ਤਿੰਨ, ਮਤਲਬ ਤੁਹਾਨੂੰ ਸਟੈਪ ਮਦਰ ਸਿਸਟਰ ਦਾ ਸਿਸਟਮ ਦੱਸਿਆ ਨਾ ਮੈਂ ਕਿ ਉਹਨਾਂ ਦੀ ਫੈਮਿਲੀ ਇੱਕ ਅਲੱਗ ਹੈ, ਪਰ ਉਹਨਾਂ ਦੇ ਨਾਲ ਸਾਡਾ ਪਿਆਰ ਬਹੁਤ ਹੈਗਾ ਆ, ਅਸੀਂ ਕਦੀ ਇਹ ਨਹੀਂ ਸਮਝਿਆ, ਬਟ ਇੱਕ ਸੱਚਾਈ ਹੁੰਦੀ ਹੈ ਲਾਈਫ ਦੀ। ਕਿਉਂ ਅੱਡ ਹੋ ਗਏ ਤੁਹਾਡੇ ਤੋਂ, ਤੁਸੀਂ ਕਿਵੇਂ ਅੱਡ ਹੋ ਗਏ? ਕਿਉਂਕਿ ਮੇਰੇ ਮੰਮਾ ਦੀ ਡੈਥ ਹੋ ਗਈ ਸੀ ਅਤੇ ਫਿਰ ਮੇਰੇ ਪਾਪਾ ਦੀ ਛੋਟੀ ਉਮਰ ਸੀ, ਫਿਰ ਮੇਰੀਆਂ ਭੂਆ ਨੇ ਮੇਰੇ ਪਾਪਾ ਦਾ ਵਿਆਹ ਕਰਤਾ ਸੀਗਾ ਦੂਸਰਾ, ਅਤੇ ਪਰ ਨੋ ਡਾਊਟ ਉਹ ਜਿਹੜੀ ਦੂਜੀ ਮੰਮੀ ਉਹ ਵੀ ਬਹੁਤ ਚੰਗੀ ਹੈ, ਸਾਡੇ ਨਾਲ ਬਹੁਤ ਪਿਆਰ ਕਰਦੀ ਆ, ਅਤੇ ਐਵੇਂ ਕਿਉਂ ਕਿਸੇ ਨੂੰ ਕਹੇ ਨਾ। ਬਾਕੀ ਪਰਵਿਸ਼ ਕਰਨ ਵਾਲੀ ਤਾਂ ਸਾਹਮਣੇ ਖੜੀ ਆ ਮੇਰੀ ਭੂਆ ਨਾ, ਅਤੇ ਇਹੀ ਚੀਜ਼ ਆ ਬਸ। ਪਰਿਵਾਰ ਸਾਹਿਬ ਕਹਿ ਰਿਹਾ ਕਿ ਤੁਸੀਂ ਜੇ ਉਹ ਬੱਚਾ ਉਹਦੇ, ਉਹ ਵੀ ਬੱਚਾ ਵਾ ਸਾਡਾ ਜਿਹੜਾ ਸਾਹਮਣੇ ਵਾਲਾ, ਇਹ ਤਾਂ ਮੈਨੂੰ ਇਹੀ ਕਹਿ ਰਹੇ ਨੇ ਕਿ ਉਹ ਅਗਰ ਮਾਫ਼ੀ ਮੰਗ ਰਿਹਾ ਜਾਂ ਕੁਛ ਮੰਗ ਰਿਹਾ ਤਾਂ ਤੁਸੀਂ ਮਾਫ਼ ਕਰ ਦਿਓ, ਅਤੇ ਮੈਂ ਇਹਨਾਂ ਦੇ ਕਹਿਣ 'ਤੇ ਚਲੋ ਮਾਫ਼ ਵੀ ਕਰ ਦੂੰਗੀ ਉਹਨੂੰ, ਪਰ ਜੇ ਉਹ ਕਹੇ ਕਿ ਮੈਨੂੰ ਖਰੀਦ ਲਏਗਾ ਪੈਸੇ ਨਾਲ ਅਤੇ ਇਹ ਚੀਜ਼ਾਂ ਕਰ ਲੂਗਾ, ਉਹ ਨਹੀਂ ਫਿਰ ਹੋ ਸਕਦਾ। ਇੱਦਾਂ ਨਹੀਂ ਸਾਹਮਣੇ ਆਵੇ, ਉਹ ਕੈਮਰੇ ਦੇ ਸਾਹਮਣੇ ਆਵੇ ਜਿੱਦਾਂ ਮੈਂ ਆ ਰਹੀ ਹਾਂ, ਜਿੱਦਾਂ ਇਹ ਔਰਗਨਾਈਜ਼ਰ ਆਏ ਨਹੀਂ ਕੈਮਰੇ ਸਾਹਮਣੇ, ਚਲ ਜੋ ਵੀ ਹੈ ਵਟ ਐਵਰ, ਇਹ ਆਉਣ ਸਾਹਮਣੇ ਉਹਨਾਂ ਨਾਲ ਤਾਂ ਮੇਰਾ ਕੋਈ ਮੈਟਰ ਹੈ ਹੀ ਨਹੀਂ ਸੀ, ਉਹ ਤਾਂ ਆਪਦੀ ਲੱਤ ਐਵੇਂ ਫਸਾਉਣ ਡੇ, ਕਹਿੰਦੇ ਨਹੀਂ ਇੱਧਰੋਂ ਗੱਡੀ ਆ ਰਹੀ ਅਤੇ ਉੱਧਰੋਂ ਗੱਡੀ ਆ ਰਹੀ ਵਿੱਚ ਸਾਈਕਲ ਵੜ ਗਿਆ, ਇਹ ਚੀਜ਼ ਹੋਈ ਆ। ਉਹਨਾਂ ਨੂੰ ਕੀ ਲਾਲਚ ਨਜ਼ਰ ਆ ਰਿਹਾ? ਇਹਨਾਂ ਨੂੰ ਲਾਲਚ ਨਜ਼ਰ ਕੀ ਆ ਰਿਹਾ ਵਾ ਕਿ ਸਾਡੀਆਂ ਪਾਰਟੀਆਂ ਖਰਾਬ ਹੋ ਜਾਣੀਆਂ, ਸਾਨੂੰ ਅੱਗੇ ਤੋਂ ਕੰਮ ਨਹੀਂ ਮਿਲਿਆ। ਇਹਨਾਂ ਨੂੰ ਸੋਚੋ, ਜਦੋਂ ਕੁੜੀ ਦੇ ਗੋਲੀ ਵੱਜ ਗਈ ਸੀ ਉਦੋਂ ਤੁਹਾਨੂੰ ਕੰਮ ਨਹੀਂ ਸੀ ਮਿਲਿਆ ਬਾਅਦ 'ਚ, ਤੁਹਾਡਾ ਕੰਮ ਬੰਦ ਹੋ ਗਿਆ ਸੀ। ਤੁਸੀਂ ਇੱਕ ਕੁੜੀ ਦੀ ਇੱਜ਼ਤ ਕਰ, ਜਿਹੜੀ ਜ਼ਿੰਦਾ ਵਾ ਨਾ ਉਹਦੇ ਵਾਸਤੇ ਨਹੀਂ ਸੋਚਦੇ ਪਏ, ਮਰ ਗਈ ਦੇ ਵਾਸਤੇ, ਹਾਏ ਵਿਚਾਰੀ ਮਰ ਗਈ, ਹੈ ਨਾ। ਜਿਹੜੀ ਜ਼ਿੰਦਾ ਵਾ ਹੁਣ ਉਹਦੇ ਖਿਲਾਫ ਹੋ ਗਏ ਨੇ, ਇਹ ਕਿਉਂ ਕਰ ਰਹੇ ਕਿ ਜਦੋਂ ਗੋਲੀ ਵੱਜ ਗਈ ਉਦੋਂ ਵੀ ਇਹਨਾਂ ਨੂੰ ਕੰਮ ਮਿਲਿਆ ਸੀ ਨਾ। ਇਹ ਕੰਮ ਕੁੰਮ ਦਾ ਡਰ ਕੋਈ ਨਹੀਂ ਆ, ਇਹਨਾਂ ਨੂੰ ਕੁਛ ਨਾ ਕੁਛ ਖਵਾਇਆ ਗਿਆ ਵਾ ਜਿਹਦੇ ਕਰਕੇ ਇਹ ਪਛਾਣਨ ਤੋਂ ਮਨਾ ਕਰ ਰਹੇ ਨੇ, ਠੀਕ ਹੈ ਨਾ। ਮੇਰੇ ਸਾਹਮਣੇ ਲਿਆ, ਮੈਂ ਪਛਾਣ ਲੈਂਦੀ ਹਾਂ, ਅਤੇ ਸੰਭਣ ਆਉਣਗੇ, ਬਾਕੀ ਮਿਲਾਂਗੇ ਕੋਰਟ ਦੇ ਵਿੱਚ ਹੀ ਫਿਰ। ਹਾਂਜੀ ਬਿਲਕੁਲ, ਇਹ ਸਨ ਸਿਮਰ ਜਿਨ੍ਹਾਂ ਦੇ ਵੱਲੋਂ ਸਾਰੀ ਜਿਹੜੀ ਕਿ ਸੱਚਾਈ ਹੈ ਉਹ ਦੱਸੀ ਗਈ ਹੈ ਕਿ ਗੰਭੀਰ ਇਲਜ਼ਾਮ ਲਗਾਏ ਗਏ ਸੀ ਕਿ ਸਿਮਰ ਨੇ ਜਿਹੜੀ ਕਿ ਡਰਿੰਕ ਕਰਕੇ ਉਸ ਦਿਨ ਸਾਰਾ ਸਟੇਟ ਲਈ ਗਾਲਾਂ ਕੱਢੀਆਂ ਸੀ, ਤਾਂ ਸਿਮਰ ਵੀ ਹੁਣ ਕਹਿ ਰਹੀ ਹੈ ਕਿ ਸਾਰੀ ਜਿਹੜੀ ਕਿ CCTV ਹੈ ਉਹ ਖੰਗਾਲੀ ਜਾਵੇ, ਸੱਚਾਈ ਹੈ ਜਿਹੜੀ ਕਿ ਉਹ ਜ਼ਰੂਰ ਸਾਹਮਣੇ ਆਉਣੀ ਚਾਹੀਦੀ ਹੈ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਗਪਾਲ, ਦੈਨਿਕ ਸਵੇਰਾ, ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X और WhatsApp चैनल पर।